ਇੰਡੀਅਨ ਸਫੇਰ ਫਸ ਕੇ ਕਹਿੰਦੇ ਨੇ ਕਿ ਹੁਣ ਕੈਨੇਡਾ ਜਾਣਾ ਇੰਪੋਸੀਬਲ ਹੈ ਜਿਹੜੇ ਆਪਣੇ YouTube ਦੇ ਉੱਤੇ ਤੁਸੀਂ ਜਿਹੜੀ ਨਿਊਜ਼ ਦੇਖਦੇ ਆ ਜੀ ਨਿਊਜ਼ ਤਾਂ ਸਿਰਫ ਆਪਣੇ ਵਿਊਜ਼ ਕਰਨ ਲਈ ਉਹ ਨਿਊਜ਼ਾਂ ਚੱਲਦੀਆਂ ਜੀ ਅਸੀਂ ਵੀ ਉੱਥੇ ਰਹਿੰਦੇ ਆ ਜਿਵੇਂ ਕਿ ਵੈਂਕੂਵਰ ਤੋਂ ਆਫਿਸ ਹੈ ਕੈਲਗਰੀ ਚ ਹੈ ਇੱਕ ਉਹ ਜਿਹੜਾ ਇੰਡੀਆਸ ਕੋਲ ਹੈ ਅਸੀਂ ਇਹਦੇ ਵਿੱਚ ਡਿਫਰੈਂਟ ਹਰ ਤਰ੍ਹਾਂ ਦੀ ਕੈਨੇਡੀਅਨ ਇਮੀਗ੍ਰੇਸ਼ਨ ਲਿਟਰੇਚਰ ਜੀ ਜਿਸ ਤਰ੍ਹਾਂ ਦੀ ਹੁੰਦੀ ਹੈ ਉਹਦੇ ਚ ਅਸੀਂ ਡੀਲ ਕਰਦੇ ਆ ਜੀ ਤੇ ਕੈਨੇਡਾ ਦਾ ਵੀਜ਼ਾ ਕਿਸ ਤਰ੍ਹਾਂ ਦਾ ਟਾਰਗਟ ਚਾਹੀਦਾ ਹੋਵੇ ਕਿ ਸਟੂਡੈਂਟ ਵੀਜ਼ੇ ਲਈ ਅਸੀਂ ਤੁਹਾਨੂੰ ਹੈਲਪ ਕਰਕੇ ਦਿੰਦੇ ਆ ਕੈਨੇਡਾ ਦੇ ਵਿੱਚ ਸਾਡੇ ਕੋਲ ਅਸੀਂ ਉਹ ਕਰਦੇ ਹਾਂ ਜੀ ਉੱਥੇ ਲੋਕ ਲੋਕ ਸਾਡੇ ਕੋਲ ਐਲਐਮਆਈਸ ਹੁੰਦੀਆਂ ਨੇ ਕਿ ਕੈਨੇਡਾ ਆਫਿਸ ਦੇ ਵਿੱਚ ਜਿਹੜੇ ਬੰਦੇ ਉੱਥੇ ਆਉਂਦੇ ਆ ਉਹਨਾਂ ਨੂੰ ਕੰਮ ਦੀ ਲੋਡ ਹੁੰਦੀ ਹੈ ਉਹ ਸਾਡੇ ਕੋਲ ਆਉਂਦੇ ਆ ਜੀ ਆ ਉਸ ਇੰਪਲੋਇਰ ਨਾਲ ਇੰਟਰਵਿਊ ਉਹਨਾਂ ਦੀ ਕਰਾ ਕੇ ਦਿੰਦੇ ਆ ਅਸੀਂ ਇਹਨਾਂ ਦੇ ਕੋਲ ਤਾਂ ਆਇਆ ਕਿਉਂਕਿ ਇਹ ਕਹਿੰਦੇ ਨੇ ਕਿ 24 ਘੰਟਿਆਂ ਦੇ ਵਿੱਚ ਤੁਹਾਨੂੰ ਰਿਜ਼ਲਟ ਦਵਾ ਦੇਵਾਂਗੇ ਤੇ ਇਹ ਕਿਹੜਾ ਕਿ 24 ਘੰਟਿਆਂ ਦੇ ਵਿੱਚ ਤੁਸੀਂ ਇੱਕ ਦੱਸ ਦੋਗੇ ਵੀਜ਼ਾ ਆਏਗਾ ਕਿ ਨਹੀਂ ਆਏਗਾ ਕੈਨੇਡਾ ਰੈਲੀ ਹੋਈ ਜੀ ਜੋ ਸੀ ਸਾਡੇ ਕੋਲ ਜਿਹੜੀ ਫੈਸਿਲਿਟੀਆਂ ਹੈਗੀਆਂ ਜਾ ਜਿਹੜੀ ਨੌਲੇਜ ਹੈਗੀ ਹੈ ਮੈਂ ਨਹੀਂ ਕਹਿੰਦਾ ਤੇਰੇ ਬੰਦੇ ਨੌਲੇਜ ਨਹੀਂ ਹੈਗੀ ਪਰ ਅਸੀਂ ਥੋੜਾ ਜਿਹਾ ਨਾ ਤੁਹਾਨੂੰ ਅਪਡੇਟ ਹੈ ਜੀ ਐ ਨਹੀਂ ਕਹਿੰਦੇ ਤੁਸੀਂ ਸਾਡੇ ਕੋਲ ਹੀ ਆਓ ਜੀ ਕਿਸੇ ਕੋਲ ਨਾ ਜਾਓ ਸਾਡੇ ਕੋਲ ਇੱਕ ਵਾਰੀ ਜਰੂਰ ਆਓ ਜੀ ਸਰ ਤੁਸੀਂ ਜੋ ਕੋਈ ਵੀ ਵੀਜ਼ਾ ਲਵਾਣਾ ਸਾਡੇ ਕੋਲ ਇੱਕ ਵਾਰੀ ਆਓ ਸਾਡੇ ਨਾਲ ਗੱਲ ਕਰੋ ਤੁਹਾਡਾ ਸਾਡੇ ਨਾਲ ਗੱਲ ਕਰਕੇ ਸਾਡੇ ਨਾਲ ਮਿਲ ਕੇ ਤੁਹਾਨੂੰ ਬਾਕੀਆਂ ਨਾਲੋਂ ਸਾਨੂੰ ਡਿਫਰੈਂਸ ਜਿਹੜਾ ਹੈਗਾ ਪਤਾ ਲੱਗ ਜੂਗਾ ਸਸ਼ੀਕਾਲ ਜੀ ਮੈਂ ਪ੍ਰਿਆੰਕਾ ਤੁਸ ਦੇਖ ਰਿਹਾ ਲੁਧਿਆਣਾ ਲਾਈਵ ਸੋ ਲੁਧਿਆਣਾ ਦੇ ਵਿੱਚ ਕੋਸਟ ਇਮੀਗ੍ਰੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਦੱਸਦੇ ਕਿ ਹੁਣ ਤੁਸੀਂ ਪੁੱਛੋਗੇ ਕਿ ਕੋਸਟ ਇਮੀਗ੍ਰੇਸ਼ਨ ਕੀ ਹੈ ਜੀ ਪਿਛਲੇ 7 ਸਾਲਾਂ ਤੋਂ ਕੈਨੇਡਾ ਦੇ ਵਿੱਚ ਕੰਮ ਕਰਨ ਤੋਂ ਬਾਅਦ ਆਖਿਰਕਾਰ ਕੋਸਟ ਇਮੀਗ੍ਰੇਸ਼ਨ ਆਪਣੀਆਂ ਸੇਵਾਵਾਂ ਲੁਧਿਆਣਾ ਦੇ ਵਿੱਚ ਦੇਣ ਜਾ ਰਿਹਾ ਹੈ ਪਰ ਲੁਧਿਆਣਾ ਹੀ ਇਹਨਾਂ ਵੱਲੋਂ ਚੁਸ ਕਿਉਂ ਕੀਤਾ ਗਿਆ ਜਾਂ ਫਿਰ ਕਿਸਦਾਂ ਦੀਆਂ ਸੇਵਾਵਾਂ ਲੁਧਿਆਣਾ ਦੇ ਵਿੱਚ ਦੇਣਗੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਤਾਂ ਰਣਜੀਤ ਜੀ ਮੇਰੇ ਨਾਲ ਨੇ ਕੋਸਟ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਗੱਲਬਾਤ ਕਰ ਸਸ਼ੀ ਕਾਲ ਜੀ ਸਸ਼ੀ ਕਾਲ ਜੀ ਸੋ ਤਰਨਜੀਤ ਜੀ ਸਭ ਤੋਂ ਪਹਿਲਾ ਸਵਾਲ ਇਹ ਆਉਂਦਾ ਕਿ 7 ਸਾਲ ਕੈਨੇਡਾ ਤੇ ਹੁਣ ਇੰਡੀਆ ਵਾਈ ਅ ਇੰਡੀਆ ਤਾਂ ਦੇਖੋ ਜੀ ਹੁਣ ਇੱਥੇ ਦੇ ਜੰਪਾ ਲੱਗੇ ਆ ਸੀ ਲੁਧਿਆਣਾ ਦਾ ਸਕੂਲਿੰਗ ਹੈ ਇੱਥੇ ਪੜੇ ਆ ਇੱਥੇ ਰਹੇ ਆ ਤੇ ਆਬਵੀਅਸਲੀ ਤੁਸੀਂ ਜਦੋਂ ਸੈਟਲ ਹੋ ਜਾਂਦੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਹੁਣ ਸੈਟਲ ਹੋ ਗਿਆ ਸੀ ਸੇਵਾ ਕਰੀਏ ਤੇ ਸੇਵਾ ਸਭ ਤੋਂ ਪਹਿਲੇ ਤੁਸੀਂ ਆਪਣਾ ਘਰ ਚੂਸ ਕਰਦੇ ਹੋ ਜੀ ਤੇ ਇਸ ਕਰਕੇ ਅਸੀਂ ਲੁਧਿਆਣਾ ਚੂਸ ਕੀਤਾ ਤੇ ਪਹਿਲਾ ਆਫਿਸ ਲੁਧਿਆਣਾ ਸਿਟੀ ਚ ਖੋਲਿਆ ਇੰਡੀਆ ਦਾ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਹੋਰ ਆਫਿਸ ਵੀ ਖੋਲਣ ਜਾ ਰਹੇ ਹਾਂ ਪੰਜਾਬ ਦੇ ਤੇ ਚੰਡੀਗੜ੍ਹ ਦੇ ਜਾਂ ਨਾਰਥ ਇੰਡੀਆ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜੀ ਸੋ ਕਿਦਾਂ ਦੀ ਵੀਜ਼ਾਸ ਨੂੰ ਲੈ ਕੇ ਡੀਲ ਕਰ ਰਹੇ ਹੋ ਤੁਸੀਂ ਜੀ ਅਸੀਂ ਕੈਨੇਡਾ ਵਿੱਚ ਸਾਡਾ ਇੱਕ ਵਿੰਕੂਵਰ ਚ ਆਫਿਸ ਹੈ ਕੈਲਗਰੀ ਚ ਹੈ ਤੇ ਇੱਕ ਹੁਣ ਜਿਹੜਾ ਇੰਡੀਆ ਚ ਖੋਲਿਆ ਅਸੀਂ ਇਹਦੇ ਵਿੱਚ ਡਿਫਰੈਂਟ ਹਰ ਤਰ੍ਹਾਂ ਦੀ ਕੈਨੇਡੀਅਨ ਇਮੀਗ੍ਰੇਸ਼ਨ ਰਿਲੇਟਿਡ ਜੀ ਜਿਸ ਤਰ੍ਹਾਂ ਦੀ ਹੁੰਦੀ ਹੈ ਉਹਦੇ ਚ ਅਸੀਂ ਡੀਲ ਕਰਦੇ ਹਾਂ ਜੀ ਤੇ ਕੈਨੇਡਾ ਦਾ ਵੀਜ਼ਾ ਕਿਸ ਤਰ੍ਹਾਂ ਦਾ ਟੁਰਨ ਚਾਹੀਦਾ ਹੋਵੇ ਤੇ ਉਸ ਦਾ ਵੀਜ਼ੇ ਲਈ ਅਸੀ ਤੁਹਾਨੂੰ ਹੈਲਪਰ ਕਿਉਂ ਸੋ ਤਰਨ ਸਰ ਜਿਹੜੇ ਤੁਸੀਂ ਕੋਸਟ ਇਮੀਗ੍ਰੇਸ਼ਨ ਬਾਰੇ ਦੱਸਿਆ ਹੈ ਇਹ ਤਾਂ ਆਪਣੀ ਜਾਣਕਾਰੀ ਤੁਸੀਂ ਦੇ ਦਿੱਤੀ ਪਰ ਹੁਣ ਜਿਹੜੇ ਸਵਾਲ ਮੈਂ ਪੁੱਛਣਾ ਚਾਹਾਂਗੀ ਉਹ ਸਵਾਲ ਪੁੱਛਣਾ ਚਾਹਾਂਗੀ ਜਿਹੜੇ ਅਕਸਰ ਲੋਕ ਆ ਕੇ ਇਮੀਗ੍ਰੇਸ਼ਨ ਵਾਲਿਆਂ ਤੋਂ ਪੁੱਛਦੇ ਨੇ ਕਿ ਮੈਂ ਕੈਨੇਡਾ ਕਿੱਦਾਂ ਜਾ ਸਕਦਾ ਜੀ ਕੈਨੇਡਾ ਜਾਣ ਦੇ ਬੜੇ ਤਰੀਕੇ ਹੈਗੇ ਜੀ ਤੇ ਆ ਬੰਦੇ ਦੀ ਆਪਣੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਉਹ ਕਿਸ ਪ੍ਰੋਫਾਈਲ ਤੇ ਕੈਨੇਡਾ ਜਾ ਸਕਦਾ ਹੈ ਤੇ ਕੈਨੇਡਾ ਨੇ ਤਾਂ ਬੜੇ ਰਾਹ ਖੋਲੇ ਹੋਏ ਆ ਜੀ ਤੇ ਉਸ ਹੀ ਡਿਪੈਂਡ ਕਰਦਾ ਹੈ ਕਿ ਬੰਦੇ ਦੀ ਕੁਆਲੀਫਿਕੇਸ਼ਨ ਕੀ ਹੈ ਜੀ ਬੰਦਾ ਕਿੰਨਾ ਪੜਿਆ ਲਿਖਿਆ ਉਹਦਾ ਹਾਈਲਾਈਟਸ ਦਾ ਸਕੋਰ ਕੀ ਹੈ ਜੀ ਤੇ ਉਹ ਕਿੰਨੇ ਸਾਲ ਦਾ ਇੱਕ ਨੂੰ ਐਕਸਪੀਰੀਅੰਸ ਹੈ ਸੋ ਦੂਜੇ ਇਮੀਗ੍ਰੇਸ਼ਨ ਵਾਲੇ ਵੀ ਤਾਂ ਇਹ ਸਰਵਿਸਿਜ਼ ਦੇ ਰਹੇ ਨੇ ਫਿਰ ਮੇ ਕੋਸਟ ਇਮੀਗ੍ਰੇਸ਼ਨ ਉਹਦੇ ਨਾਲੋਂ ਵੱਖਰਾ ਕਿਵੇਂ ਮੰਨਾਂ ਅ ਵੱਖਰਾ ਅਸੀਂ ਇਸ ਕਰਕੇ ਆ ਜੀ ਦੇ ਕਿ ਅਸੀਂ ਅਸੀਂ ਪੰਜਾਬ ਦੇ ਵਿੱਚ ਹੁਣੇ ਆਫਿਸ ਖੋਲ੍ਹਿਆ ਹੈਗਾ ਬਟ ਅਸੀਂ ਪਿਛਲੇ 7 ਸਾਲ ਚੋਂ ਕੈਨੇਡਾ ਦੇ ਵਿੱਚ ਉਹ ਕੰਮ ਕਰ ਰਹੇ ਹਾਂ ਜੀ ਕੈਨੇਡਾ ਰਹਿੰਦੇ ਹੋਏ ਜੀ ਜੋ ਅਸੀਂ ਸਾਡੇ ਕੋਲ ਜਿਹੜੀ ਫੈਸਿਲਿਟੀਆਂ ਹੈਗੀਆਂ ਜਾਂ ਜਿਹੜੀ ਨੋਲਿਜ ਹੈਗੀ ਹੈ ਮੈਂ ਨਹੀਂ ਕਹਿੰਦਾ ਇੱਥੇ ਦੇ ਬੰਦੇ ਨੋਲਿਜ ਨਹੀਂ ਹੈਗੀ ਪਰ ਅਸੀਂ ਥੋੜਾ ਜਿਹਾ ਨਾ ਤੋਂ ਅਪਗ੍ਰੇਡ ਹੈਗੇ ਹੋ ਕਿ ਚਲਦੇ ਹੈਗੇ ਤੇ ਕਾਫੀ ਇਦਾਂ ਦੀ ਚੀਜ਼ਾਂ ਹੈਗੀਆਂ ਜਿਹੜੀਆਂ ਇੱਥੇ ਲੋਕ ਦੱਸਦੇ ਨਹੀਂ ਬਿਕੋਜ਼ ਉਹਨਾਂ ਦੇ ਉਹ ਕੰਟਰੋਲ 'ਚ ਨਹੀਂ ਹੁੰਦੀ ਐਸ ਕਰਕੇ ਉਹ ਦੱਸ ਨਹੀਂ ਪਾਉਂਦੇ ਜੀ ਫਿਰ ਤਾਂ ਤੁਹਾਨੂੰ ਉਸ ਰੂਲਸ ਐਂਡ ਰੈਗੂਲੇਸ਼ਨਸ ਬਾਰੇ ਪਤਾ ਹੋਏਗਾ ਜਿਹੜੇ ਕਿ ਹੁਣ ਰੀਸੈਂਟਲੀ ਚੇਂਜ ਹੋਏ ਨੇ ਜਿੱਥੇ ਤੁਸੀਂ ਪਲੱਸ 2 ਤੋਂ ਬਾਅਦ ਆਪਣੀ ਸਪਾਊਸ ਨੂੰ ਨਾਲ ਨਹੀਂ ਲੈ ਕੇ ਜਾ ਸਕਦੇ ਫਿਰ ਇਦਾਂ ਦੇ ਮੁੱਦੇ ਤੇ ਆ ਕੇ ਤਾਂ ਇੰਡੀਅਨਸਫੇਅਰ ਫਸ ਗਏ ਕਹਿੰਦੇ ਨੇ ਕਿ ਹੁਣ ਕੈਨੇਡਾ ਜਾਣਾ ਇੰਪੋਸੀਬਲ ਹੈ ਨੇ ਦੇਖੋ ਸਪਾਊਸ ਉਹਨਾਂ ਨੇ ਬੰਦ ਕੀਤੇ ਹੁਣ ਸਪਾਊਸ ਲੈ ਕੇ ਜਾਣਾ ਦਿਖੋ ਅਸੀਂ ਪੜਨ ਚੱਲਨੇ ਆ ਅਸੀਂ ਪੜਨ ਜਾ ਰਹੇ ਆ ਪੜਨ ਦਾ ਮਤਲਬ ਹੈ ਨਹੀਂ ਕਿ ਗਵਰਨਮੈਂਟ ਕਹਿੰਦੀ ਤੁਸੀਂ ਪੂਰਾ ਫੈਮਿਲੀ ਪੂਰੀ ਤੁਹਾਡੀ ਉੱਥੇ ਆ ਕੇ ਸੈਟਲ ਹੋ ਜਾਈਏ ਗਵਰਨਮੈਂਟ ਕਹਿੰਦੀ ਤੁਸੀਂ ਪੜਨਾ ਆਓ ਸਾਡੇ ਕੋਲ ਮੋਸਟ ਵੈਲਕਮ ਪੜ ਕੇ ਜਾਓ ਸਪਾਊਸ ਨਹੀਂ ਬੁਲਾ ਰਹੇ ਫਿਲਹਾਲ ਫੋਰ ਦਾ ਟਾਈਮ ਵੀ ਬੰਦ ਕੀਤੇ ਉਹਨਾਂ ਨੇ ਹੂੰ ਕੁਝ ਸਾਲੀ ਤੋ ਸਤ ਬਾਅਦ ਫਿਰ ਸ਼ੁਰੂ ਕਰ ਦਨੇ ਆ। ਤੇ ਲੋਕਾਂ ਦੇ ਵਿੱਚ ਤਾਂ ਬੜੀਆਂ ਵੀਡੀਓਜ਼ ਵੀ ਆਉਂਦੀਆਂ ਨੇ, ਬੜੀਆਂ ਵਾਹਾਂ ਫੈਲੀਆਂ ਹੋਈਆਂ ਨੇ ਕਿ ਉੱਥੇ ਕੰਮ ਨਹੀਂ ਮਿਲ ਰਿਹਾ ਸਰ। ਉੱਥੇ ਤਾਂ ਲੋਕ ਧੱਕੇ ਖਾ ਰਹੇ ਨੇ। ਮਤਲਬ 5-5 ਡਾਲਰ ਦੇ ਲਈ ਉੱਥੇ ਮਤਲਬ ਦੇਖੋ ਇਹ ਜਿਹੜੇ ਆਪਣੇ YouTube ਦੇ ਉੱਤੇ ਤੁਸੀਂ ਜਿਹੜੀ ਨਿਊਜ਼ ਦੇਖਦੇ ਆ ਜੀ ਉਹ ਨਿਊਜ਼ ਤਾਂ ਸਿਰਫ ਆਪਣੇ ਵਿਊਜ਼ ਕਰਨ ਲਈ ਉਹ ਨਿਊਜ਼ ਜਾਂ ਚਲਦੀਆਂ ਜੀ। ਅਸੀਂ ਵੀ ਉੱਥੇ ਰਹਿੰਦੇ ਆ ਜਿੰਨੇ ਹਾਲਾਤ ਪੂਰੇ ਦਿਖਾਈ ਜਾਂਦੇ। ਹਾਂ ਥੋੜੀ ਜੀ ਜ਼ਰੂਰ ਪ੍ਰੋਬਲਮ ਆਈ ਹੈ। ਜੌਬਸ ਆਬਵੀਅਸਲੀ ਜੇ ਤਾਂ ਬੰਦੇ ਵੱਜ ਜਾਂਦੇ ਇੱਕ ਜਗ੍ਹਾ ਦੇ ਉੱਤੇ। ਉੱਥੇ ਜਾ ਕੇ ਜੌਬਸ ਕਾਮਨ ਜੌਬਸ ਨਹੀਂ ਮਿਲਦੀਆਂ ਨਹੀਂ ਹੈ ਤੇ ਉਹ ਥੋੜੀ ਜਿਹੀ ਕੱਟੀ ਜਰੂਰ ਹੈ ਕਿਸੇ ਦੇ ਆਵਰ ਘੱਟ ਸਕਦੇ ਹੈਗੇ ਬਟ ਆ ਨਹੀਂ ਕਿ ਉੱਥੇ ਬਿਲਕੁਲ ਕੰਮ ਨਹੀਂ ਜੀ 5 ਡਾਲਰ ਨਹੀਂ ਮਿਲਦੇ ਐ ਤੇ ਦੀ ਗੱਲ ਆ ਮੈਂ ਇੰਡੀਆ ਦੀ ਗੱਲ ਬਾਤ ਦੇ ਵਿੱਚੋਂ ਕਰਦੀ ਆ ਮੈਂ ਪਹਿਲੇ ਨਾ ਕੈਨੇਡਾ ਬਾਰੇ ਥੋੜਾ ਜਿਹਾ ਤੁਹਾਡੇ ਕੋਲ ਜਾਨਣਾ ਚਾਹੁੰਦੀ ਆ ਤੇ ਇੱਕ ਜੇਕਰ ਸਟੱਡੀ 베ਸ ਤੇ ਉੱਥੇ ਨੌਜਵਾਨ ਜਾਂਦਾ ਹੈ ਕੁੜੀ ਜਾਂਦੀ ਹੈ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਕੋਸ ਇਮੀਗ੍ਰੇਸ਼ਨ ਜਿਹੜੀ ਕੈਨੇਡਾ ਦੇ ਵਿੱਚ ਆਫਿਸ ਖੋਲ ਕੇ ਬਾਟੀ ਹੈ ਉਹ ਕਿਵੇਂ ਹੈਲਪ ਕਰ ਸਕਦੇ ਉਹਨਾਂ ਦੀ ਦੇਖੋ ਜੀ ਅਸੀਂ ਤਾਂ ਜਿਹੜੇ ਸਾਡੇ ਕਲਾਇੰਟ ਹੈਗੇ ਐ ਨਹੀਂ ਹੈਗੇ ਐਜ਼ ਆ ਇ ਸਾਡੇ ਕੋਲ ਕੋਈ ਵੀ ਆਂਦਾ ਹੈਗਾ मोस्ट ਵੈਲਕਮ ਆਵੇ ਅਸੀਂ ਜੋ ਦੀ ਉਹਦੀ ਰਿਕੁਆਇਰਮੈਂਟ ਹੋਏਗੀ ਉਹ ਸੀ ਉਹਦੀ ਫੁੱਲਫਿਲ ਕਰਕੇ ਦਵਾਂਗੇ ਉਹਨੂੰ ਘਰ ਲੱਭਣ ਚੈਲਪ ਚਾਹੀਦੀ ਹੈ ਉਹਨੂੰ ਵੈਸੇ ਕੁਝ ਚਾਹੀਦਾ ਉਹਨੂੰ ਰਾਈਟ ਚਾਹੀਦੀਆਂ ਹੁੰਦੀਆਂ ਅਸੀਂ ਕਰਵਾ ਕੇ ਦਿੰਨੇ ਆ ਤੇ ਉਹ ਸੀ ਅੱਗੋਂ ਵੀ ਕਰਵਾ ਕੇ ਦਵਾਂਗੇ ਇਹ ਸਾਰਾ ਕੁਝ ਇਹ ਚਲੋ ਇਹ ਕੋਈ ਸਾਡਾ ਕਲਾਇੰਟ ਹੈ ਨਹੀਂ ਹੈ ਡਿਜ਼ਨਟ ਮੈਟਰ ਇੱਕ ਇਨਸਾਨੀਅਤ ਦੇ ਤੌਰ ਤੇ ਸੇਵਾ ਕਰਦੇ ਆ ਦੇਖੋ ਇਸ ਤੋਂ ਇਲਾਵਾ ਜੇਕਰ ਇਹ ਤੋਂ ਸਟੱਡੀ ਬੇਸ ਤੇ ਤੁਸੀਂ ਬੱਚਾ ਭੇਜ ਰਹੇ ਹੋ ਬਾਹਰ ਉੱਥੇ ਜਾ ਕੇ ਉਸ ਨੂੰ ਵਰਕ ਦੇ ਈਸ਼ੂ ਆਂਦਾ ਕੰਮ ਦਾ ਈਸ਼ੂ ਆਂਦਾ ਹੈ ਤੇ ਕੀ ਕੋਸਟ ਇਮੀਗ੍ਰੇਸ਼ਨ ਉਸ ਦੇ ਵਿੱਚ ਵੀ ਹੈਲਪ ਜੀ ਜੌਬਸ ਦੇ ਵਿੱਚ ਤਾਂ ਨਹੀਂ ਅੱਧਾ ਦੀ ਸੱਚ ਐਸ ਐਚ ਹਾਂ ਜਿਹੜੇ ਕੈਨੇਡਾ ਦੇ ਵਿੱਚ ਸਾਡੇ ਕੋਲ ਅਸੀਂ ਉਹ ਕਰਦੇ ਹਾਂ ਜੀ ਉੱਥੇ ਲੋਕਲ ਲੋਕ ਸਾਡੇ ਕੋਲ ਐਲ ਐਮ ਆਈਜ਼ ਹੁੰਦੀਆਂ ਹੈਗੇ ਕੈਨੇਡਾ ਆਫਿਸ ਦੇ ਵਿੱਚ ਜਿਹੜੇ ਬੰਦੇ ਉੱਥੇ ਆਂਦੇ ਆ ਉਹਨਾਂ ਨੂੰ ਕੰਮ ਦੀ ਲੋੜ ਹੁੰਦੀ ਹੈ ਉਹ ਸਾਡੇ ਕੋਲ ਆਂਦੇ ਆ ਜਾਂ ਉਸੀ ਏਮਪਲੋਇਰ ਨਾਲ ਇੰਟਰਵਿਊ ਉਹਨਾਂ ਦੀ ਕਰਾ ਕੇ ਦਿੰਨੇ ਆ ਜੀ ਜੇ ਉਹਨਾਂ ਦੀ ਆਪਸ ਦੋਨਾਂ ਦੀ ਅੱਛੀ ਹੋ ਜਾਂਦੀ ਅੰਡਰਸਟੈਂਡਿੰਗ ਉਹ ਅਪਰੂਵ ਕਰ ਦਿੰਦੇ ਤੇ ਉਹਨਾਂ ਦੀ ਐਲ ਐਮ ਆਈ ਕਰਾ ਕੇ ਉਹਨੂੰ ਵਰਕ ਪਰਮਿਟਸ ਕਨਵਰਟ ਕਰਾ ਦਿੰਨੇ ਆ ਜੀ ਸੋ ਕੈਨੇਡਾ ਤੋਂ ਇਲਾਵਾ ਹੋਰ ਹੋਰ ਕਿਹੜੀ ਕੰਟਰੀ ਨੂੰ ਲੈ ਕੇ ਚਲ ਰਹੀ ਜੀ ਉਹ ਜਗ੍ਹਾ ਤੇ ਸਾਰੇ ਇਸੀ ਡੀਲ ਕਰਦੇ ਆ ਜੀ ਸੋ ਮੈਂ ਇਥੇ ਪਲੱਸ 2 ਪਾਸ ਬੱਚਾਂ ਦੀ ਗੱਲ ਕਰਨਾ ਚਾਹਾਂਗੀ ਕਿਦਾਂ ਦੀ ਪ੍ਰੋਫਾਈਲ ਨੂੰ ਤੁਹਾਡੇ ਵੱਲੋਂ ਜਿਹੜਾ ਕਿ ਅੱਛੀ ਚੰਗੀ ਪ੍ਰੋਫਾਈਲ ਮੰਨਿਆ ਜਾਂਦਾ ਦੇਖੋ ਫੋਰ ਅ ਸਟੱਡੀ ਵਾਸਤੇ ਤਾਂ ਦੇਖੋ ਬੱਚਾ ਜੇ ਪਲੱਸ 2 ਹੈਗਾ ਤੇ ਤੁਸੀਂ ਉਹਦੇ ਵਿੱਚ ਬੱਚੇ ਦੇ ਆਇਲਟਸ ਸਕੋਰ ਮੇਨ ਮੈਟਰ ਕਰਦਾ ਜੀ ਉਹ ਅੱਛਾ ਹੋਣਾ ਚਾਹੀਦਾ ਐਟਲੀਸਟ 6 ਈਸ ਤਾਂ ਹੋਣੀ ਚਾਹੀਦਾ 6 ਈਸ ਤੋਂ ਉੱਤੇ ਹੋਏਗਾ ਤਾਂ ਉਹਦਾ ਵੀਜ਼ਾ ਲੱਗ ਜਾਏਗਾ ਪਰ ਹਾਂ ਅੱਜ ਕੱਲ ਥੋੜੇ ਜਿਹੇ ਜਿੰਦਾ ਪਿਛਲੇ ਕੁਝ ਟਾਈਮ ਤੋਂ ਸੁਣਿਆ ਹੋਊਗਾ ਕਿ ਵੀਜ਼ੇ ਦੀ ਕੁਝ ਸਕਸੈਸ ਰੇਟ ਜਿਹੜਾ ਘਟ ਹੋਇਆ ਹੈਗਾ ਪਹਿਲੇ ਨਾਲੋਂ ਉਹ ਥੋੜਾ ਜਿਹਾ ਜੂਸ ਹੋਇਆ 30 30 30 ਤੋਂ 40% ਪਹਿਲੇ ਜੇ ਸੋ ਦੇ ਵਿੱਚੋਂ 90 ਬੱਚਿਆਂ ਦੇ ਵੀਜ਼ੇ ਲੱਗਦੇ ਸੀ ਹੁਣ 70 ਦੇ ਛੱਲ ਲੱਗਦੇ ਹੈਗੇ ਬਸ ਇੰਨਾ ਕੁ ਫਰਕ ਪਿਆ ਉਸ ਚੀਜ਼ ਦੇ ਵਿੱਚ ਕੋਈ ਇੰਨਾ ਵੱਡਾ ਨਹੀਂ ਹੋ ਗਿਆ ਕਿ ਵੀਜ਼ੇ ਲੱਗਨੇ ਬੰਦ ਹੋ ਗਏ ਹੈ ਵੀਜ਼ੇ ਲੱਗ ਰਹੇ ਚੰਗੇ ਬੱਚੇ ਨੂੰ ਹਰ ਕੋਈ ਲੈਣਾ ਚਾਹੁੰਦਾ ਹੈ ਹਰ ਕੋਈ ਕੰਟਰੀ ਚਾਹੁੰਦੀ ਸਾਡੇ ਕੋਲ ਅੱਛੇ ਬੱਚੇ ਹਨ ਜੇ ਤੁਹਾਡਾ ਇਲਟ ਸਕੋਰ ਵਧੀਆ ਤੁਸੀਂ ਪੜੇ ਲਿਖੇ ਠੀਕ ਹੈ ਕਿ ਉਹ ਤੁਹਾਡਾ ਪਰਸੈਂਟੇਜ ਵਧੀਆ ਹੈ ਤੇ ਤੁਹਾਨੂੰ ਹਰ ਜਗ੍ਹਾ ਬੁਲਾਇਆ ਸਰ ਮੈਂ ਜਦੋਂ ਐਂਟਰੀ ਕਰ ਰਹੀ ਸੀ ਨਾ ਕੋਸਟ ਇਮੀਗ੍ਰੇਸ਼ਨ ਦੇ ਆਫਿਸ ਤੇ ਬਾਹਰ ਬੈਠੇ ਲੋਕਾਂ ਦੀ ਨਾਲ ਜਦੋਂ ਮੈਂ ਗੱਲਬਾਤ ਕੀਤੀ ਤੇ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਕਿ ਅਸੀਂ ਇਹਨਾਂ ਦੇ ਕੋਲ ਤਾਂ ਆਇਆ ਕਿਉਂਕਿ ਇਹ ਕਹਿੰਦੇ ਨੇ ਕਿ 24 ਘੰਟਿਆਂ ਦੇ ਵਿੱਚ ਤੁਹਾਨੂੰ ਰਿਜ਼ਲਟ ਦਵਾਂਗੇ ਤੇ ਇਹ ਕਿਹੜਾ ਕਿ 24 ਘੰਟਿਆਂ ਦੇ ਵਿੱਚ ਤੁਸੀਂ ਦੱਸ ਦੋਗੇ ਵੀਜ਼ਾ ਆਏਗਾ ਕਿ ਨਹੀਂ ਆਏਗਾ ਇਹ ਵੀਜ਼ਾ ਲਵਾ ਕੇ ਦੋਗੇ 24 ਘੰਟਿਆਂ ਦੇ ਵਿੱਚ ਤੁਸੀਂ ਨਹੀਂ ਸਕਦੇ ਵੀਜ਼ਾ ਆਏਗਾ ਨਹੀਂ ਆਏਗਾ ਵੀਜ਼ੇ ਦੀ ਕੋਈ ਇਦਾਂ ਦੀ ਗਾਰੰਟੀ ਵਾਲਾ ਕੋਈ ਵੀਜ਼ਾ ਕਿਸ ਤਰ੍ਹਾਂ ਦਾ ਨਹੀਂ ਹੁੰਦਾ ਜੇ ਕੋਈ ਹੁੰਦਾ ਹੈ ਤਾਂ ਝੂਠ ਬੋਲਦਾ ਤੁਸੀਂ ਸਾਡੇ ਕੋਲ ਡਾਕੂਮੈਂਟਸ ਲੈ ਕੇ ਆਓ ਸਾਡੇ ਐਕਸਪੀਰੀਅੰਸ ਕੋਲ ਸਾਡੇ ਕੋਲ ਕੈਨੇਡਾ ਦੇ ਵਿੱਚ ਸਟਾਫ ਹੈਗਾ ਦੋ ਆਫਿਸ ਉੱਥੇ ਹੈ ਇੱਥੇ ਹੈਗਾ ਤੇ ਸਾਡੇ ਕੋਲ ਮੈਨਪਾਵਰ ਇੰਨੀ ਹੈਗੀ ਹੈ ਕਿ ਤੁਸੀਂ ਆਪਣੇ ਪੇਪਰ ਲੈ ਕੇ ਆਉਂਦੇ ਹੋ ਕਿਸੇ ਤਰ੍ਹਾਂ ਦਾ ਕੋਈ ਵੀ ਪੇਪਰ ਹੈਗਾ ਉਹ ਸਾਡੇ ਨਾਲ ਜੇ ਅਸੀਂ ਓਕੇ ਕਰਦੇ ਹਾਂ ਤੇ ਤੁਹਾਨੂੰ 24 ਘੰਟੇ ਚ ਅਸੀਂ ਫਾਈਲ ਸਬਮਿਟ ਕਰ ਦਾਂਗੇ ਜੀ ਹਾਂਜੀ ਆ ਕਰ ਸਕਦੇ ਸੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਮੀਗ੍ਰੇਸ਼ਨ ਵਾਲੇ ਆ ਕੀ ਤੁਸੀਂ ਰਿਕਮੈਂਡ ਕਰੋਗੇ ਕਿ ਉਹਨਾਂ ਦੇ ਕੋਲ ਸਟੂਡੈਂਟ ਜਾਂ ਉਹਨਾਂ ਦੇ ਕੋਲ ਕਲਾਇੰਟਾਂ ਨਾਲ ਜਾ ਕੇ ਤੁਹਾਨੂੰ ਹੀ ਚੂਜ਼ ਕਿਉਂ ਕਰਨ ਨਹੀਂ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਸਾਡੇ ਕੋਲ ਹੀ ਆਓ ਜੀ ਕਿਸੇ ਕੋਲ ਜੀ ਸਰ ਤੁਸੀਂ ਜੋ ਕੋਈ ਵੀਜ਼ਾ ਲਵਾਉਣਾ ਸਾਡੇ ਕੋਲ ਇੱਕ ਵਾਰੀ ਆਓ ਸਾਡੇ ਨਾਲ ਗੱਲ ਕਰੋ ਤੁਹਾਡਾ ਸਾਡੇ ਨਾਲ ਗੱਲ ਕਰਕੇ ਸਾਡੇ ਨਾਲ ਮਿਲ ਕੇ ਤੁਹਾਨੂੰ ਬਾਕੀਆਂ ਨਾਲੋਂ ਸਾਨੂੰ ਡਿਫਰੈਂਸ ਜਿਹੜਾ ਹੈਗਾ ਪਤਾ ਲੱਗ ਜਾਊਗਾ ਤੇ ਤੁਹਾਨੂੰ 100% ਮੈਨ ਯੂ ਸ਼ੋਰ ਹੈ ਜੀ ਜਦੋਂ ਤੁਸੀਂ ਸਾਨੂੰ ਇੱਕ ਵਾਰ ਮਿਲੋਗੇ ਤੇ ਤੁਸੀਂ ਸਾਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਓਗੇ ਜੀ ਪੋਸਟ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨਾਲ ਗੱਲਬਾਤ ਕੀਤੀ ਸੀ ਜਿਨ੍ਹਾਂ ਦਾ ਨਾਮ ਤਰਨ ਹੈ ਤੇ ਇਹਨਾਂ ਦੇ ਵੱਲੋਂ ਕੈਨੇਡਾ ਦਾ ਵਿੱਚ ਵੀ ਦੋ ਆਫਿਸ ਪਿਛਲੇ 7 ਸਾਲ ਤੋਂ ਰਨ ਕੀਤੇ ਜਾ ਰਹੇ ਨੇ ਫਿਲਹਾਲ ਲੁਧਿਆਣਾ ਦੇ ਕੋਚਰ ਮਾਰਕੀਟ ਰੋਡ ਤੇ ਇਹਨਾਂ ਦੇ ਦਫ਼ਤਰ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਕਿਸੇ ਵੀ ਤ કે કે ਤੁਸੀਂ ਇਹਨਾਂ ਦੇ ਕੋਲ ਆ ਸਕਦੇ ਹੋ 스파우스 કેસ ਨੂੰ ਲੈ ਕੇ ਇਹਨਾਂ ਦੇ ਕੋਲ ਆ ਸਕਦੇ ਹੋ ਆਪਣੀ ડોક્યુમેન્ટેશન ਆਪਣੀ ਫਾਈਲਿੰਗ ਦਿਖਾ ਸਕਦੇ ਹੋ ਤੇ ਗੱਲਬਾਤ ਕਰ ਸਕਦੇ ਹੋ ਔਰ ਗੱਲਬਾਤ ਦੇ ਕੋਈ ਚਾਰजेस ਤਾਂ ਨਹੀਂ ਲੈਂਦੇ ਸਰ ਇਹ ਗੱਲਬਾਤ ਦੇ ਕੋਈ ਚਾਰਜਿੰਗ ਲੁਧਿਆਣਾ ਸ਼ਹਿਰ ਦੇ ਆਪਣੇ ਸ਼ਹਿਰ ਦੇ ਬੰਦੇ ਤੋਂ ਕਾਹਦੇ ਚਾਰजेस ਲੈਣੇ ਜੀ ਹਾਂ ਜੀ ਮੈਂ ਪਰਸਨਲੀ ਇਸ ਆਫਿਸ ਦੇ ਵਿੱਚ ਜਿਹੜਾ 29th 30th ਤੇ 31st ਨੂੰ ਜਿਹੜਾ ਕਿ ਲੁਧਿਆਣਾ ਦੇ ਆਫਿਸ ਮੈਂ 3 ਦਿਨ ਲਈ ਇੱਥੇ ਆਪ ਰਹੂੰਗਾ ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਜਿਹੜੇ ਥੀਟਰਾ ਲਿਖੇ ਨੰਬਰਾਂ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਹਾਂ ਕਾਈਂਡਲੀ ਪਲੀਜ਼ ਇੱਕ ਰਿਕੁਐਸਟ ਹੈ ਕਿ ਅਪਾਇੰਟਮੈਂਟ ਬਣਾ ਕੇ ਆਓ ਕਿਉਂਕਿ ਤੁਹਾਨੂੰ ਤੁਹਾਡਾ ਪੂਰਾ ਟਾਈਮ ਮਿਲੇ ਤੇ ਕਿਸੇ ਨੂੰ ਵੇਟ ਨਾ ਕਰਨੀ ਪਵੇ ਤੇ ਉਸੇ ਤਰ੍ਹਾਂ ਉਸ ਤੋਂ ਅਗਲੇ ਵੀਕ ਜਿਹੜੇ ਹੈਗੇ ਆ April ਦਾ 5 ਜਾਂ 6 ਤਰੀਕ ਨੂੰ ਉਦੋਂ ਮੈਂ ਚੰਡੀਗੜ੍ਹ ਆਫਿਸ ਦੇ ਵਿੱਚ ਹੋਊਂਗਾ ਤੁਸੀਂ ਮੈਨੂੰ ਚੰਡੀਗੜ੍ਹ ਆ ਕੇ ਵੀ ਮਿਲ ਸਕਦੇ ਹੋ ਤੇ ਚੰਡੀਗੜ੍ਹ ਵੀ ਦੇ ਨੰਬਰ ਵੀ ਮੈਂ نیچے ਮੈਂਸ਼ਨ ਕੀਤੇ ਹੋਏ ਆ ਤੇ ਤੁਸੀਂ ਉੱਥੇ ਆ ਕੇ ਮੈਨੂੰ 2-3 ਲਈ ਚੰਡੀਗੜ੍ਹ ਤੇ 3 ਦਿਨ ਲਈ ਰਿਆਣੀ ਮਿਲ ਸਕਦੇ ਹੋ ਤੇ ਅਸੀਂ ਬੈਠ ਕੇ ਜੋ ਵੀ ਜਿੰਨੀ ਪੂਰੀ ਸ਼ੇਅਰ ਕਰਾਂਗੇ ਤੇ ਤੁਹਾਨੂੰ ਜੋ ਵੀ ਹੈਲਪ ਚਾਹੀਦੀ ਵੀਜ਼ੇ ਵਿੱਚ ਉਹ ਤੁਹਾਡੀ ਰਿਕੁਆਇਰ ਅਸੀਂ ਕੋਸ਼ਿਸ਼ ਕਰਾਂਗੇ ਫੁੱਲਫਿਲ ਕਰਕੇ ਦੀ ਜਾਂਦੇ ਜਾਂਦੇ ਖਾਸ ਸੁਨੇਹਾ ਜਿਹੜਾ ਕਿ ਤੁਸੀਂ ਲੁਧਿਆਣਾ ਵਾਸੀਆਂ ਨੂੰ ਹੀ ਪੰਜਾਬ ਵਾਸੀਆਂ ਨੂੰ ਕੀ ਦੇਣਾ ਚਾਹੋਗੇ ਜੀ ਮੈਂ ਇਹੀ ਕਹੂੰਗਾ ਜੀ ਤੁਸੀਂ ਬਾਹਰਲੇ ਮੁਲਕ ਆਓ ਮੋਸਟ ਵੈਲਕਮ ਸਾਰਿਆਂ ਨੂੰ ਹੈਗਾ ਜੀ ਆਇਆਂ ਨੂੰ ਹੈ ਪਰ ਬਾਹਰਲੇ ਮੁਲਕ ਆ ਕੇ ਸਾਨੂੰ ਸਭ ਤੋਂ ਪਹਿਲੇ ਬਾਹਰ ਦਾ ਜਿਹੜਾ ਕਲਚਰ ਹੁੰਦਾ ਸਾਡਾ ਇੱਥੇ ਡਿਫਰੈਂਟ ਕਲਚਰ ਹੈ ਕੈਨੇਡਾ ਦਾ ਡਿਫਰੈਂਟ ਕਲਚਰ ਹੈ ਸਾਨੂੰ ਕਲਚਰ ਸਿੱਖਣਾ ਚਾਹੀਦਾ ਕਿਉਂਕਿ ਕਲਚਰ ਅਸੀਂ ਸਿੱਖਾਂਗੇ ਉਹਦੇ ਵਿੱਚ ਸਾਡੀ ਆਪਣੇ ਪਰਿਵਾਰ ਦੀ ਸਾਡੇ ਆਪਣੇ ਦੇਸ਼ ਦੀ ਸਾ ਪਰਸਨਲ ਜਿਹੜੀ ਹੈਗੀ ਆ ਉਹ ਬਲੇ ਬਲੇ ਹੋਏਗੀ ਅਦਰਵਾਈਜ਼ ਜੋ ਕੋਈ ਕੋਈ ਬੰਦਾ YouTube ਤੇ ਉੱਠ ਕੇ ਕੱਲ ਨੂੰ ਕਹਦੇ ਜੀ ਸਟੂਡੈਂਟ ਮਾੜਿਆ ਜਾਂ ਇੰਡੀਅਨ ਮਾੜਿਆ ਜਾਂ ਫਲਾਣਾ ਮਾੜਿਆ ਆ ਉਹ ਬੋਲ ਮਾੜਾ ਤੋਂ ਸੁੰਨਾ ਸਾਨੂੰ ਚੰਗਾ ਨਹੀਂ ਲੱਗਦਾ ਇਸ ਕਰਕੇ ਆ ਕੇ ਤੁਹਾਨੂੰ ਹਰ ਬੰਦੇ ਨੂੰ ਏਟਲੀਸਟ ਹਫਤਾ ਜਾਂ 10 ਦਿਨ ਉੱਥੇ ਦੇ ਮਾਹੌਲ ਦੇ ਵਿੱਚ ਢਲਣਾ ਚਾਹੀਦਾ ਹੈ ਤੇ ਉੱਥੇ ਦੇ ਮਾਹੌਲ ਦੇ ਵਿੱਚ ਢਲ ਕੇ ਸਾਨੂੰ ਉਹਦਾ ਬਣ ਜਾਣਾ ਚਾਹੀਦਾ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿਖ ਰਿਹਾ ਨੰਬਰ ਆਹੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤੇ ਇਹਨਾਂ ਦੇ ਆਫਿਸ ਵਿਜ਼ਿਟ ਵੀ ਕਰ ਸਕਦੇ ਹੋ ਸਸ਼ਿਕਾ ਸਸ਼ਿਕਾ ਜੀ